ਦੋਸਤੋ ਰਸ਼ੀਆ ਤੇ ਯੂਕਰੇਨ ਦੇ ਵਿੱਚ ਜਿਹੜਾ ਯੁੱਧ ਆ ਉਹ ਹਜੇ ਵੀ ਸਮਾਪਤ ਨਹੀਂ ਹੋਇਆ ਤੇ ਇਸ ਵਿੱਚ ਜਿਹੜੀ ਇੱਕ ਬਹੁਤ ਵੱਡੀ ਖਬਰ ਆਈ ਆ ਕਿ ਜਿਹੜਾ ਫਿਨਲੈਂਡ ਆ ਉਹ ਜਿਹੜਾ ਆ ਨਾਟੋ ਨੂੰ ਜੁਆਇਨ ਕਰ ਸਕਦਾ ਆ ਤੇ ਇਹ ਵੀ ਕਿਹਾ ਜਾ ਰਿਹਾ ਆ ਕਿ ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰੀਨ ਔਰ ਉੱਥੋਂ ਦੇ ਪ੍ਰੈਜ਼ੀਡੈਂਟ ਸੋਲੀ ਨਿਨੀਸਟੋ ਨੇ ਫਾਈਨਲ ਕਰ ਲਿਆ ਆ ਕਿ ਜਿਹੜਾ ਫਿਨਲੈਂਡ ਆ ਉਹ ਨਾਟੋ ਦੀ ਸਦੱਸਿਆਤਾ ਜਿਹੜੀ ਆ ਉਹ ਲਏਗਾ ਔਰ ਇਹਦੇ ਲਈ ਉਹ ਅਪਲਾਈ ਕਰੇਗਾ ਹੁਣ ਦੋਸਤੋ ਥੋੜੀ ਜੀ ਗੱਲ ਕਰਨੀ ਆ ਅਸੀਂ ਫਿਨਲੈਂਡ ਦੇ ਬਾਰੇ ਤੇ ਅਸੀਂ ਦੱਸਣਾ ਕਿ ਜੇਕਰ ਫਿਨਲੈਂਡ ਨਾਟੋ ਨੂੰ ਜੁਆਇਨ ਕਰਦਾ ਆ ਤੇ ਉਹਦਾ ਜਿਹੜਾ ਆ ਫਿਨਲੈਂਡ ਨੂੰ ਕੀ ਕੀ ਫਾਇਦਾ ਹੁੰਦਾ ਆ ਸਭ ਤੋਂ ਪਹਿਲਾਂ ਦੋਸਤੋ ਨਾਟੋ ਨੂੰ ਜੁਆਇਨ ਕਰਨ ਦੇ ਨਾਲ ਸੁਰੱਖਿਆ ਦੀ ਜਿਹੜੀ ਗਾਰੰਟੀ ਉਹਨਾਂ ਨੂੰ ਮਿਲ ਜਾਏਗੀ ਤੇ ਜਿਹੜਾ ਨਾਟੋ ਆ ਉਹਨਾਂ ਨੂੰ ਸਿਕਿਉਰਿਟੀ ਕਵਰ ਦੇਵੇਗਾ ਇਸ ਤੋਂ ਇਲਾਵਾ ਦੋਸਤੋ ਰੂਸ ਦੇ ਨਾਲ ਲੱਗੇ ਬਾਰਡਰ ਜਿਹੜਾ ਕਿ ਫਿਨਲੈਂਡ ਦਾ ਹੈਗਾ ਆ ਉੱਥੇ ਫਿਰ ਨਾਟੋ ਦੀ ਜਿਹੜੀ ਫੋਰਸ ਆ ਉਹ ਵੀ ਤਨਾਤ ਹੋ ਸਕਦੀ ਆ ਹੁਣ ਅੱਗੇ ਫਿਨਲੈਂਡ ਦੀ ਗੱਲ ਕਰਦੇ ਆ ਦੋਸਤੋ ਫਿਨਲੈਂਡ ਨੇ 1917 ਵਿੱਚ ਜਿਹੜੀ ਆ ਉਹ ਆਪਣੀ ਆਜ਼ਾਦੀ ਦੀ ਘੋਸ਼ਣਾ ਕੀਤੀ ਸੀਗੀ ਤੇ ਉਸ ਤੋਂ ਪਹਿਲਾਂ ਜਿਹੜਾ ਜ਼ਿਆਦਾਤਰ ਫਿਨਲੈਂਡ ਦਾ ਹਿੱਸਾ ਸੀਗਾ ਉਹ ਰੂਸ ਦੇ ਅਧੀਨ ਸੀਗਾ ਤੇ ਫਿਨਲੈਂਡ ਨੇ ਸੈਕੰਡ ਵਰਲਡ ਵਾਰ ਦੇ ਦੌਰਾਨ ਜਿਹੜਾ ਆ ਰੂਸ ਦੇ ਖਿਲਾਫ ਜਿਹੜੀ ਆ ਲੜਾਈ ਵੀ ਲੜੀ ਆ 1917 ਦੇ ਵਿੱਚ ਜਿਹੜਾ ਫਿਨਲੈਂਡ ਆਜ਼ਾਦ ਹੋਇਆ ਤੇ ਰੂਸ ਦੇ ਨਾਲ 1300 ਕਿਲੋਮੀਟਰ ਲੰਬਾ ਜਿਹੜਾ ਬਾਰਡਰ ਆ ਉਹ ਫਿਨਲੈਂਡ ਦਾ ਲੱਗਦਾ ਆ ਤੇ ਜਿਹਦੇ ਕਰਕੇ ਜਿਹੜਾ ਫਿਨਲੈਂਡ ਆ ਉਹ ਇੱਕ ਬਫਰ ਜ਼ੋਨ ਆ ਤੇ ਫਿਲਹਾਲ ਜੇ ਅਸੀਂ ਗੱਲ ਕਰੀਏ ਨਾਟੋ ਦੇ ਜਿਹੜੇ ਸਦਸ્ય ਦੇਸ਼ ਆ ਜਿਨ੍ਹਾਂ ਚ ਕੀ ਨਾਰਵੇ ਪੋਲੈਂਡ ਐਸਟੋਨੀਆ ਲਾਤਿਵਿਆ ਲਿਥੁਆਨੀਆ ਜਿਹੜਾ ਲੱਗਦਾ ਆ ਉਹਦੀ ਰੂਸ ਦੇ ਨਾਲ 1200 ਕਿਲੋਮੀਟਰ ਦੀ ਜਿਹੜੀ ਸੀਮਾ ਉਹ ਲੱਗਦੀ ਆ ਤੇ ਜੇ ਫਿਨਲੈਂਡ ਵੀ ਜੁਆਇਨ ਕਰਦਾ ਨਾਟੋ ਨੂੰ ਤਾਂ ਫਿਰ ਇਹ ਜਿਹੜੀ ਸੀਮਾ ਆ ਉਹ ਦੁੱਗਣੀ ਹੋ ਜਾਏਗੀ ਇਸ ਤੋਂ ਇਲਾਵਾ ਰੂਸ ਦੀ ਜਿਹੜੀ ਵਪਾਰਿਕ ਰਾਜਧਾਨੀ ਆ ਤੁਹਾਨੂੰ ਪਤਾ ਹੋਣਾ ਰੂਸ ਦਾ ਇੱਕ ਸ਼ਹਿਰ ਸੈਂਟ ਪੀਟਰਸਬਰਗ ਤੇ ਉਹਦੀ ਜਿਹੜੀ ਸੀਮਾ ਆ ਉਹ ਫਿਨਲੈਂਡ ਤੋਂ ਸਿਰਫ 170 ਕਿਲੋਮੀਟਰ ਦੂਰ ਆ ਜਿਹਦੇ ਨਾਲ ਕੀ ਹੋਏਗਾ ਕਿ ਨਾਟੋ ਦਾ ਸਦਸ્ય ਬਣਦੇ ਹੀ ਰੂਸ ਦੇ ਉੱਤਰੀ ਮੋਰਚੇ ਤੇ ਵੀ ਜਿਹੜੀ ਨਾਟੋ ਆ ਪਹੁੰਚ ਜਾਏਗੀ ਸੋ ਫਿਨਲੈਂਡ ਦੇ ਲਈ ਵਧੀਆ ਆ ਜੇ ਉਹ ਨਾਟੋ ਨੂੰ ਜੁਆਇਨ ਕਰਦਾ ਆ ਕਿਉਂਕਿ ਜੋ ਕੁਝ ਯੂਕਰੇਨ ਦੇ ਨਾਲ ਹੋਇਆ ਫਿਨਲੈਂਡ ਵੀ ਥੋੜਾ ਜਿਹੜਾ ਉਹ ਕੰਟਰੀ ਡਰ ਗਿਆ ਹੋਇਆ ਆ ਕਿਉਂਕਿ ਇਹਨਾਂ ਕੰਟਰੀਆਂ ਦੀ ਵਿੱਚ ਆਪਣੀ ਜਿਹੜੀ ਆਰਮੀ ਆ ਉਹ ਇੰਨੀ ਪਾਵਰਫੁਲ ਨਹੀਂ ਆ ਕਿ ਉਹ ਜਿਹੜਾ ਆ ਰੂਸ ਦੇ ਨਾਲ ਮੁਕਾਬਲਾ ਕਰ ਸਕੇ ਸੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਫਿਨਲੈਂਡ ਜਿਹੜਾ ਆ ਉਹ ਜੁਆਇਨ ਕਰਦਾ ਆ ਨਾਟੋ ਨੂੰ ਬਾਕੀ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਅਪਡੇਟ ਆ ਉਹ ਮੈਂ ਤੁਹਾਨੂੰ ਲਗਾਤਾਰ ਹੁਣ ਦਿੰਦਾ ਰਵਾਂਗਾ ਬਾਕੀ ਉਮੀਦ ਕਰਦੇ ਆ ਕਿ ਸ਼ਾਂਤੀ ਜਿਹੜੀ ਆ ਦੁਬਾਰਾ ਦੁਨੀਆਂ ਦੇ ਵਿੱਚ ਆਏ ਤੇ ਲੋਕ ਜਿਹੜੇ ਆ ਉਹ ਅਮਨ ਦੇ ਨਾਲ ਰਹਿਣ